ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਜੇਕਰ ਤੁਸੀਂ ਹੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ, ਜਿਵੇਂ ਲਵ ਮੈਰਿਜ, ਵਸ਼ੀਕਰਨ, ਲਾਟਰੀ ਨੰਬਰ, ਕੀਤਾ ਕਿਰਾਇਆ, ਪੀਆਰ ਦੀ ਸਮੱਸਿਆ, ਸੋਤਨ ਦੁਸ਼ਮਣ ਤੋਂ ਛੁਟਕਾਰੇ ਦਾ ਪੱਕਾ ਹੱਲ ਸਮਰਾਟ ਮਾਤਾ ਮੁਮਤਾਜ਼ ਜੀ ਕੋਲੋਂ ਗਰੰਟੀ ਨਾਲ ਕਰਵਾਓ। ਪਿਆਰ ਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾਵਾਂ ਇੱਕ ਵਾਰ ਜ਼ਰੂਰ ਫੋਨ ਕਰਨ 7390-9786। ਮਾਨਸਾ ਦੇ ਕਸਬਾ ਬੁਢਲਾਡਾ ਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਸ਼ਹਿਰ ਦੇ 10 ਡੇਰਾ ਪ੍ਰੇਮੀ ਡੇਰਾ ਸਿਰਸਾ ਚ ਨਾਮ ਚਰਚਾ ਚ ਹਿੱਸਾ ਲੈਣ ਲਈ ਜਾ ਰਹੇ ਸਨ ਕਿ ਅਚਾਨਕ ਹਰਿਆਣਾ ਦੇ ਪਿੰਡ ਬਨੇਹਰੀ ਦੇ ਕੋਲ ਗੱਡੀ ਦੀ ਇੱਕ ਗੈਸ ਵਾਲੇ ਟੈਂਕਰ ਦੇ ਨਾਲ ਟੱਕਰ ਹੋ ਗਈ, ਜਿਸ ਵਿਚ 4 ਡੇਰਾ ਪ੍ਰੇਮੀਆਂ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਉਦੋਂ ਜਿਵੇਂ ਹੀ ਇਸ ਦੀ ਸੂਚਨਾ ਬੁਢਲਾਡਾ ਦੇ ਲੋਕਾਂ ਨੂੰ ਮਿਲੀ ਤਾਂ ਸਾਰਿਆਂ ਚ ਸੋਗ ਦੀ ਲਹਿਰ ਦੌੜ ਗਈ। ਐਕਸੀਡੈਂਟ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀਆਂ ਨੇ ਦੱਸਿਆ ਹੈ ਕਿ ਇਹ ਲੋਕ ਸਿਰਸਾ ਡੇਰੇ ਨੂੰ ਜਾ ਰਹੇ ਸਨ ਕਿ ਅਚਾਨਕ ਇਹ ਦੁਰਘਟਨਾ ਵਾਪਰ ਗਈ। ਜੀ, ਅੱਜ ਜੋ ਇਹ ਦੁਖਦਾਈ ਘਟਨਾ ਹੋਈ ਹੈ, ਸਾਡੇ 9-10 ਜੋ ਡੇਰਾ ਪ੍ਰੇਮੀ ਸੀ ਦਰਬਾਰ ਡੇਰਾ ਸੱਚਾ ਸੌਦਾ ਜਾ ਰਹੇ ਸੀ, ਜਦਕਿ ਤਕਰੀਬਨ 15 ਦਿਨ ਬਾਅਦ ਜਦੋਂ ਵੀ ਡੇਰੇ ਪ੍ਰੋਗਰਾਮ ਹੁੰਦਾ ਜਾਂ ਮਾਨਵਤਾ ਭਲਾਈ ਦੇ ਕਾਰਜਾਂ ਸੰਬੰਧੀ ਕੋਈ ਮੀਟਿੰਗ ਹੁੰਦੀ ਹੈ ਉੱਥੇ ਜਾਂਦੇ ਨੇ। ਅੱਜ ਸਵੇਰੇ ਜੋ ਦੁਖਦਾਈ ਘਟਨਾ ਵਾਪਰੀ ਹੈ, ਸਰਦੂਗੜ੍ਹ ਤੋਂ 10 ਕਿਲੋਮੀਟਰ ਅੱਗੇ ਜਾ ਕੇ ਜੋ HP ਦਾ ਕੈਂਟਰ ਸੀ ਉਸ ਦੇ ਨਾਲ ਇਹ ਜੋ ਬਲੇਰੋ ਗੱਡੀ ਸੀ ਉਹ ਟਵੇਰਾ ਸੀ, ਗੱਡੀ ਟਕਰਾ ਗਈ। 3 ਜੋ ਸਾਡੇ ਸੇਵਾਦਾਰ ਸੀ ਮੌਕੇ ਦੀ, ਉਹਨਾਂ ਦੀ ਡੈਥ ਹੋ ਗਈ। 2 ਦੀ ਰਸਤੇ ਜਾਂਦੇ ਵਕਤ ਡੈਥ ਹੋ ਗਈ ਅਤੇ 5 ਜੋ ਮੌਤ ਦੇ ਨਾਲ ਜੂਝ ਰਹੇ ਨੇ ਜ਼ਿੰਦਗੀ ਦੇ ਮੌਤ ਦੇ ਨਾਲ। ਬਹੁਤ ਦੁਖਦਾਈ ਘਟਨਾ ਹੈ ਸਾਰੇ ਹੀ ਸ਼ਹਿਰ ਵੱਲੋਂ ਅਤੇ ਬਹੁਤ ਦੁੱਖ ਪ੍ਰਗਟਾਇਆ ਜਾ ਰਿਹਾ। ਇਹ ਜੋ ਅਣਹੋਣੀ ਘਟਨਾ ਹੋਈ ਹੈ ਇਹ ਮਾਲਕ ਦਾ ਭਾਣਾ ਹੈ, ਇੱਥੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਹ ਅੱਜ ਸੁਬਾਹ 6 ਵਜੇ ਇੱਥੋਂ ਬੁਢਲਾਡਾ ਤੋਂ ਚੱਲੇ ਸੀ, ਸਰਸਾ ਦਰਬਾਰ ਜਾ ਰਹੇ ਸੀ। ਜਾਂਦੇ ਜਾਂਦੇ ਪਨਹਾਰੀ ਦੇ ਕੋਲ ਬੱਸ ਸਟੈਂਡ ਦੇ ਉੱਤੇ ਹੀ ਇੱਕ ਤੇਲ ਦਾ ਟੈਂਕਰ ਵੱਡਾ HP ਕੰਪਨੀ ਦਾ ਸੀ, ਉਹ ਜਦੋਂ ਕੱਟ ਮਾਰਨ ਲੱਗਿਆ ਅਤੇ ਗੱਡੀ ਉਸ ਦੇ ਵਿੱਚ ਜਾ ਵੱਜੀ, ਅਤੇ ਜਿਹਦੇ ਵਿੱਚ 5 ਮੌਤਾਂ ਹੋ ਗਈਆਂ, ਜਿਨ੍ਹਾਂ ਦੇ ਨਾਂ ਨੇ ਗੁਰਚਰਨ ਸਿੰਘ ਜੀ ਨੇ ਆਪਣੇ ਪਛੂਆਣਾ ਤੋਂ, ਇੱਕ ਧਰਮਗੜ੍ਹ ਬਲਾਕ ਦੇ ਕਣਕਵਾਲ ਭੰਗੂਆਂ ਦੇ ਸੀ ਬੋਬੀ ਜੋ ਗੱਡੀ ਚਲਾ ਰਹੇ ਸੀ, 3 ਬੁਢਲਾਡਾ ਮੰਡੀ ਦੇ, ਇੱਕ ਮੁਕੇਸ਼ ਜੀ ਅਤੇ ਇੱਕ ਹਰਮੰਦਰ ਜੀ ਅਤੇ ਇੱਕ ਆਪਣੇ ਬੰਤ ਸਿੰਘ ਜੀ, 3 ਇਹ ਬੁਢਲਾਡੇ ਦੀ ਸੀ। ਅਤੇ ਇਹਨਾਂ ਨੇ ਗੱਡੀ ਨੂੰ ਜਦੋਂ ਉਹਨੇ ਕੱਟ ਮਾਰਿਆ, ਇੱਕਦਮ ਦਹਿਲਾਉਣ ਦੇ ਨਾਲ ਦਹਿਲ ਵੀ ਪੈਦਾ ਹੋਇਆ, ਅਤੇ ਜਿਨ੍ਹਾਂ ਦੇ ਵਿੱਚ ਇੱਕ ਸ਼ੰਮੀ ਬਾਸਲ ਜੀ ਸੀਰੀਅਸ ਨੇ, ਅਤੇ ਉਸ ਤੋਂ ਬਾਅਦ 4 ਨੇ ਜਿਹੜੇ ਉਹ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ। ਅਤੇ ਸਾਰਿਆਂ ਨੂੰ ਅੱਜ ਮੰਡੀ ਦੇ ਵਿੱਚ ਪੂਰਾ ਸੋਗ ਦਾ ਮਾਹੌਲ ਹੈ। 4 ਸਵੇਰੇ ਕਈ ਥਾਵਾਂ 'ਤੇ ਦੁਕਾਨਾਂ ਵੀ ਬੰਦ ਪਈਆਂ ਨੇ, ਅਤੇ ਸਾਰੇ ਲੋਕ ਹੁਣ ਨਾਮ ਚਰਚਾ ਘਰ ਦੇ ਵਿੱਚ ਇਕੱਠੇ ਹੋ ਰਹੇ ਨੇ। ਸ਼ਾਮ ਨੂੰ ਇਹਨਾਂ ਦਾ 5 ਵਜੇ ਸੰਸਕਾਰ ਹੋਣਾ, ਅਤੇ ਸਾਡੀ ਸੋਚ ਇਹ ਹੈ ਵੀ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਇੱਕੋ ਹੀ ਜਗ੍ਹਾ ਦੇ ਉੱਤੇ ਸਾਰੇ ਮੰਡੀ ਵਾਸੀਆਂ ਨੂੰ, ਸਾਰੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਇੱਥੇ ਆਉਣਾ ਸੌਖਾ ਹੋ ਜਾਵੇ, ਜਿਹਦੀ ਬਦੌਲਤ ਅੱਜ ਇਸ ਸੋਗ ਦੀ ਲਹਿਰ ਦੇ ਵਿੱਚ ਸਾਰੇ ਹਾਹ ਦਾ ਨਾਰਾ ਮਾਰ ਸਕਣ। ਫਿਲਹਾਲ ਪੁਲਿਸ ਵੱਲੋਂ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮਾਨਸਾ ਤੋਂ ਮਨੀਸ਼ ਸ਼ਰਮਾ ਦੀ ਰਿਪੋਰਟ। 7 ਸੀਜ਼ ਇੰਟਰਨੈਸ਼ਨਲ ਲੈ ਕੇ ਆਏ ਨੇ ਆਸਟ੍ਰੇਲੀਆ ਸੈਟਲ ਹੋਣ ਦਾ ਸੁਨਹਿਰੀ ਮੌਕਾ। ਤੁਸੀਂ ਸਟੂਡੈਂਟ, ਫਾਰਮਰ, ਬਿਜ਼ਨਸਮੈਨ ਜਾਂ ਜੌਬ ਕਰਦੇ ਹੋ ਤੇ ਫੈਮਿਲੀ ਨਾਲ ਆਸਟ੍ਰੇਲੀਆ ਸੈਟਲ ਹੋਣਾ ਚਾਹੁੰਦੇ ਹੋ, ਉਹ ਵੀ ਬਿਨਾਂ ਆਈਲੈਟਸ ਤੋਂ, ਤਾਂ ਅੱਜ ਹੀ ਸੰਪਰਕ ਕਰੋ ਗਵਰਨਮੈਂਟ ਅਪਰੂਵਡ 7 ਸੀਜ਼ ਇੰਟਰਨੈਸ਼ਨਲ ਨਾਲ। ਕਾਲ ਕਰੋ 98556-12912। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝੀ ਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।